ਅੱਜ ਸਾਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਮੈਂਬਰਸ਼ਿਪ ਡਰਾਈਵ BJP ਦੀ ਸ਼ੁਰੂ ਹੋਈ ਹੈ ਔਰ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਇਸ ਇਲਾਕੇ ਦੀ ਤਾਂ ਮੈਂ ਜਿਹੜੇ ਸਾਡੇ ਪ੍ਰਧਾਨ ਹੈ ਰਮੇਸ਼ ਜੀ ਸਾਡੇ ਮੰਡਲ ਦੇ ਪ੍ਰਧਾਨ ਸਾਡੇ ਅਹੁਦੇਦਾਰ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਨੇ ਰਮੇਸ਼ ਜੀ ਔਰ ਬਾਕੀ ਸਾਰੇ ਮੰਡਲਾਂ ਦੇ ਪ੍ਰਧਾਨ ਔਰ ਸਾਡੇ ਲੀਡਰ ਸਾਹਿਬਾਨ ਇਹ ਇੱਥੇ ਆਏ ਇਹ ਅਸੀਂ ਨਾਲ ਦੀ ਨਾਲ ਪਹਿਲੇ ਰੱਖ ਚੁੱਕੇ ਸੀ ਇੱਕ ਧੰਨਵਾਦੀ ਦੌਰਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਥ ਦਿੱਤਾ ਔਰ ਇਲੈਕਸ਼ਨਾਂ ਦੇ ਵਿੱਚ ਕੰਮ ਕੀਤਾ ਬੜਾ ਔਖਾ ਸਮਾਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਤੁਹਾਡੇ ਰਾਹੀਂ ਵੀ ਬਹੁਤ ਬਹੁਤ ਧੰਨਵਾਦ ਔਰ ਆਸ ਹੈ ਮੈਨੂੰ ਕਿ ਇਸ ਤਰੀਕੇ ਦੇ ਨਾਲ BJP ਪਾਰਟੀ ਵਧੂਗੀ ਪਹਿਲੇ ਨਾਲੋਂ ਜਿਹੜੀ ਮੈਂਬਰਸ਼ਿਪ ਸੀ ਉਹ ਵਧੂਗੀ ਔਰ ਸਾਡੇ ਮੈਂਬਰ ਵਧਣਗੇ ਔਰ ਪਾਰਟੀ ਹੋਰ ਮਜ਼ਬੂਤ ਹੋਏਗੀ 2 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਆਪਣੀ ਮੈਂਬਰਸ਼ਿਪ ਲਿੱਤੀ ਸੀ ਨਾਡਾ ਜੀ ਤੋਂ ਔਰ ਕੱਲ੍ਹ ਚੰਡੀਗੜ੍ਹ ਦੇ ਵਿੱਚ ਸਾਡੇ ਸਟੇਟ ਦੇ ਪ੍ਰਧਾਨ ਸੁਨੀਲ ਜਾਖੜ ਜੀ ਉਹਨਾਂ ਨੇ ਮੈਂਬਰਸ਼ਿਪ ਲਿੱਤੀ ਔਰ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਵੀ ਉੱਥੇ ਮੈਂਬਰਸ਼ਿਪ ਲਿੱਤੀ ਤਾਂ ਅੱਜ ਇੱਥੇ ਆ ਕੇ ਸਾਡੇ ਕਈ ਲੋਕਾਂ ਨੇ ਮੈਂਬਰਸ਼ਿਪ ਲਿੱਤੀ ਔਰ ਅਸੀਂ ਅੱਗੇ ਇਹ ਮੰਡਲ ਦੇ ਰਾਹੀਂ ਮੰਡਲਾਂ ਦੇ ਰਾਹੀਂ ਇਹ ਹੋਰ ਵਧਾਵਾਂਗੇ ਜਿਹੜਾ ਓਵਰ ਬ੍ਰਿਜ ਦਾ ਮੁੱਦਾ ਇਹ ਮੇਰੇ ਕੋਲ ਪਹਿਲੇ ਵੀ ਲੈ ਕੇ ਆਏ ਸੀ ਇਹਨਾਂ ਇਹ ਮੁੱਦਾ ਮੈਨੇ ਜੋ ਨੈਸ਼ਨਲ ਹਾਈਵੇ ਅਥੋਰਿਟੀ ਆਫ ਇੰਡੀਆ ਹੈ ਜਿਨ੍ਹਾਂ ਦੇ ਹੈੱਡ ਹੈਗੇ ਨੇ ਪੰਚਕੂਲੇ ਬੈਠਦੇ ਨੇ ਵਿਪਨੇਸ਼ ਸ਼ਰਮਾ ਜੀ ਉਹਨਾਂ ਕਨੀ ਭੇਜਿਆ ਉਹ ਉਹਨਾਂ ਨੇ ਟੀਮ ਵੀ ਭੇਜੀ ਇੱਥੇ ਉਹਨਾਂ ਨੇ ਸਾਰਾ ਦੇਖਿਆ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਔਰ ਉਹਦੇ ਮੁਤਾਬਕ ਅਸੀਂ ਅੱਗੇ ਗਟਕੜੀ ਸਾਹਿਬ ਕੋਲ ਜਾਵਾਂਗੇ ਇਹਦਾ ਪ੍ਰੋਜੈਕਟ ਬਣਾ ਕੇ ਕਿਸਾਨਾਂ ਦਾ ਤਾਂ ਸਭ ਤੋਂ ਵੱਡਾ ਮੁੱਦਾ ਅੱਜ ਦੇ ਦਿਹਾੜੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਹੈ ਔਰ ਉਹਨਾਂ ਦੇ ਮੁੱਦੇ ਨੂੰ ਠੀਕ ਹੋਣ ਦੇ ਨਾਲ ਸਾਰਿਆਂ 'ਤੇ ਅਸਰ ਪੈ ਰਿਹਾ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜੀ ਦੀ ਗਵਰਨਮੈਂਟ ਪੂਰੀ ਤਿਆਰ ਹੈ ਗੱਲਬਾਤ ਕਰਨ ਲਈ ਔਰ ਹੁਣ ਆਪਣੇ ਹਾਈ ਕੋਰਟ ਸੁਪਰੀਮ ਕੋਰਟ ਨੇ ਇੱਕ ਰਿਟਾਇਰਡ ਜਸਟਿਸ ਦੇ ਹੇਠਾਂ ਇੱਕ ਕੱਲ੍ਹ ਸਾਨੂੰ ਪਤਾ ਚੱਲਿਆ ਕਿ ਇੱਕ ਕਮੇਟੀ ਬਿਠਾਈ ਹੈ ਜਿਹਦੇ ਵਿੱਚ ਕਿਸਾਨਾਂ ਪ੍ਰਤੀ ਖੇਤੀਬਾੜੀ ਪ੍ਰਤੀ ਐਕਸਪਰਟ ਵੀ ਹੈਗੇ ਨੇ ਉਹਨਾਂ ਨੂੰ ਉਸ ਦੇ ਵਿੱਚ ਪਾਇਆ ਕਿ ਕਿਸਾਨਾਂ ਦੀ ਗੱਲ ਉਹਨਾਂ ਦੀ ਸੰਤੁਸ਼ਟੀ ਦੇ ਲਈ ਇਹ ਸਾਰੇ ਬੈਠ ਕੇ ਇੱਕ ਕੋਈ ਸਮਝੌਤਾ ਕਰਨ ਜਿਹਦੇ ਨਾਲ ਕਿਸਾਨ ਵੀ ਔਰ ਗਵਰਨਮੈਂਟ ਵੀ ਇੱਕ ਦੂਜੇ ਦਾ ਪੱਖ ਮੁੱਖ ਰੱਖ ਕੇ ਇਹ ਸਮਝੌਤਾ ਹੋਏ ਇਹਦੇ ਲਈ ਮੇਰੇ ਖਿਆਲ 'ਚ ਇੱਕ ਇੱਕ ਪੰਜਾਬੀ ਸ਼ੁਭ ਚਿੰਤਕ ਹੈ ਮੈਂ ਤਾਂ ਜ਼ਰੂਰ ਚਾਹੁੰਦੀ ਹਾਂ ਕਿ ਸਾਡੇ ਇੱਕ ਬਹੁਤ ਸਤਿਕਾਰਯੋਗ ਅੰਗ ਨੇ ਕਿਸਾਨ ਉਹਨਾਂ ਦਾ ਸਮਝੌਤਾ ਹੋਏ ਔਰ ਜਿਹੜੇ ਦੂਜੇ ਵਰਗਾਂ ਦੇ ਉੱਤੇ ਇਹਨਾਂ ਦਾ ਫਰਕ ਪੈ ਰਿਹਾ ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਨੇ ਉਹ ਵੀ ਅੱਗੇ ਵੱਧ ਸਕਣ ਔਰ ਅਸੀਂ ਇਕੱਠੇ ਵਪਾਰੀ ਔਰ ਕਿਸਾਨ ਔਰ ਮਜ਼ਦੂਰ ਇਕੱਠੇ ਹੋ ਕੇ
ਆਪਣੇ ਸੂਬੇ ਪੰਜਾਬ ਦਾ ਇਹ ਜਿਹੜਾ ਅੱਗੇ ਭਵਿੱਖ ਹੈ ਇਹ ਵਧੀਆ ਬਣਾਈਏ। ਦੇਖੋ ਉਹਦਾ ਮੈਂ ਕੁਛ ਨਹੀਂ ਕਰ ਸਕਦੀ, ਮੈਂ ਚਿੱਠੀ ਲਿਖ ਸਕਦੀ ਹਾਂ, ਮੈਂ ਡੈਲੀਗੇਸ਼ਨ ਲਿਜਾ ਸਕਦੀ ਹਾਂ। ਇਹ ਜੋ ਸਟੇਟ ਲੈਵਲ ਦਾ ਮਸਲਾ ਹੈ, ਜੋ ਮੌਜੂਦਾ ਸਰਕਾਰ ਹੈ ਉਹਨਾਂ ਦਾ ਮਸਲਾ ਹੈਗਾ, ਇਹ ਉਹਨਾਂ ਨੂੰ ਹੱਲ ਕਰਨਾ ਪਊਗਾ। ਹਾਂਜੀ ਮੈਂ ਕਰਦੀ ਹਾਂ। ਦੇਖੋ ਕੁਛ ਬੰਦ ਹੋ ਗਏ ਨੇ, ਕੁਛ ਰੁਕੇ ਹੋਏ ਨੇ, ਉਹ ਪ੍ਰਧਾਨ ਮੰਤਰੀ ਜੀ ਬਹੁਤ ਉਸ 'ਤੇ ਚਿੰਤਿਤ ਨੇ। ਉਹਨਾਂ ਨੇ ਆਪ ਇੱਕ ਮੀਟਿੰਗ ਕਾਲ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਇਹਦਾ ਖਾਸ ਕਰਕੇ ਜਿਹੜਾ ਜੰਮੂ ਖਟੜਾ ਹਾਈਵੇ ਹੈ ਤੁਹਾਡੇ ਵਿੱਚੋਂ ਵੀ ਲੰਘਦਾ ਕਿ ਇਹਦਾ ਅਸੀਂ ਦੇਖੀਏ ਵੀ ਕੀ ਹੱਲ ਕੱਢ ਸਕਦੇ ਹਾਂ। ਤਾਂ ਇਹਦੇ ਵਿੱਚ ਸਟੇਟ ਗਵਰਨਮੈਂਟ ਦਾ ਵੀ ਪੋਜ਼ੀਟਿਵ ਹਿੱਸਾ ਹੋਣਾ ਚਾਹੀਦਾ, ਰੋਲ ਹੋਣਾ ਚਾਹੀਦਾ, ਔਰ ਮੇਰੇ ਖਿਆਲ 'ਚ ਹੋਊਗਾ ਔਰ ਫਿਰ ਇਹ ਪ੍ਰੋਜੈਕਟ ਹੋਊਗਾ। ਔਰ ਅਸੀਂ ਆਸ ਰੱਖਦੇ ਹਾਂ ਕਿ ਹੋਰ ਪ੍ਰੋਜੈਕਟ ਵੀ, ਬੜੇ ਪ੍ਰੋਜੈਕਟ ਆਏ ਹੋਏ ਸੀ ਹੋਰ ਸਟੇਟਾਂ ਦੇ ਸੂਬਿਆਂ ਦੇ ਵਿੱਚ, ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਇੱਥੇ ਵੀ ਚੱਲਣ। ਔਰ ਇਹ ਮੈਂ ਭਗਵੰਤ ਮਾਨ ਜੀ ਨੂੰ ਆਪਣੇ ਵੱਲੋਂ ਤਾਂ ਬੇਨਤੀ ਕਰਦੀ ਹਾਂ, ਤੁਹਾਡੇ ਸਾਰਿਆਂ ਵੱਲੋਂ ਵੀ ਕਰਦੀ ਹਾਂ ਕਿ ਇਹ ਸਟੇਟ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ, ਪੂਰਾ ਪ੍ਰਯਾਸ ਕਰਨ ਕਿ ਸਿਰੇ ਚੜ੍ਹਨ। ਹਾਂ ਨਹੀਂ ਇਹ ਮੈਂਬਰਸ਼ਿਪ 3 ਸਾਲਾਂ ਬਾਅਦ ਜਾਂ 6 ਸਾਲਾਂ ਬਾਅਦ, ਜਿਸ ਤਰ੍ਹਾਂ BJP ਦਾ ਸਿਸਟਮ ਹੈਗਾ ਉਹਦੇ ਮੁਤਾਬਕ ਇਹ ਮੈਂਬਰਸ਼ਿਪ ਆਈ ਹੈ, ਟਾਈਮ ਸਿਰ ਆਈ ਹੈ। ਔਰ ਇਹ ਪਿੰਡ ਪਿੰਡ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂਬਰ ਬਣਨ ਔਰ ਬਣਨਗੇ ਵੀ। ਜਿੰਨਾ ਘੱਟ ਕਹਾਂ ਉਨਾ ਹੀ ਠੀਕ ਹੈ, ਉਹਨਾਂ ਦੀ ਕਾਰਗੁਜ਼ਾਰੀ ਕੁਛ ਹੋਈ ਨਹੀਂ ਤਾਂ ਮੈਂ ਕਹਾਂ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ। ਮਹਾਰਾਣੀ ਸੇਵਾ ਜਿਸ ਤਰ੍ਹਾਂ ਕਿ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਅਧੀਨ ਤਾਂ ਤੁਸੀਂ ਸੜਕਾਂ ਬਣਵਾ ਸਕਦੇ ਹੋ, ਜਿਸ ਤਰ੍ਹਾਂ ਹੁਣ ਨਹੀਂ ਮੈਂ ਬਣਵਾ ਸਕਦੀ, ਹੁਣ ਗਾਂਧੀ ਜੀ ਸਾਈਨ ਕਰਨਗੇ ਉਹਦੇ ਉੱਤੇ। ਹਾਂ ਜੋ ਮੈਨੇ ਕਰ ਸਕਦੀ ਸੀ ਮੈਨੇ ਕਰ, ਸਿਫਾਰਿਸ਼ ਤਾਂ ਮੈਂ ਕਰ ਸਕਦੀ ਹਾਂ ਪਰ ਉਹਦੇ ਉੱਤੇ ਸਾਈਨ ਕੋਈ ਵੀ MP ਹੋਈ ਕਿਸੇ ਪਾਰਟੀ ਦਾ ਉਹਦੇ ਸਾਈਨ ਹੁੰਦੇ। ਉਹ ਮੈਂ ਲੈ ਕੇ ਜਾਊਂਗੀ। ਅਸੀਂ ਪਹਿਲੇ ਵੀ ਮੇਰੇ ਖਿਆਲ 'ਚ ਜਦ ਰਵਨੀਤ ਬਿੱਟੂ ਜੀ ਆਏ ਸੀ ਉੱਥੋਂ ਪਾਤਰਾਂ ਦੇ ਬੰਦੇ ਵੀ ਆਏ ਸੀ, ਉਹਨਾਂ ਨੇ ਆਪਣਾ ਉਹਨਾਂ ਨੂੰ ਮੰਗ ਪੱਤਰ ਦੇ ਦਿੱਤਾ ਸੀ, ਮੈਂ ਵੀ ਇੱਕ ਚਿੱਠੀ ਪਾਈ ਹੋਈ ਹੈ। ਤਾਂ ਦੇਖੋ ਹੁਣ ਆਪਾਂ ਉਹਦਾ ਜਵਾਬ ਆਇਆ ਕੁਛ ਹੋਏ ਫਿਰ ਅਸੀਂ ਅੱਗੇ ਰੇਲ ਮੰਤਰੀ ਜੀ ਨਾਲ ਵੀ ਗੱਲ ਕਰਾਂਗੇ। ਮਹਾਰਾਣੀ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੀ ਇੱਕ ਨੌਜਵਾਨ ਲੀਡਰ ਹੈ ਮੈਡਮ ਕੰਗਣਾ ਜੀ, ਉਹਨਾਂ ਨੇ ਐਮਰਜੈਂਸੀ ਫਿਲਮ ਕੱਢੀ ਹੈ ਜੀ, ਉਹਦੇ 'ਤੇ ਕੀ ਪ੍ਰਤੀਕਰਮਾ ਤੁਹਾਡਾ? ਦੇਖੋ ਉਸ 'ਤੇ ਬਹੁਤ ਕੁਛ ਕਿਹਾ ਗਿਆ, ਅਬ ਜੋ ਗੱਲਾਂ ਕਿਸੇ ਨੂੰ ਠੇਸ ਪਹੁੰਚਾਉਂਦੀਆਂ ਨੇ ਉਹ ਗੱਲਾਂ ਬਿਲਕੁਲ ਗਲਤ ਹੁੰਦੀਆਂ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਔਰ ਇਹਦੇ ਉੱਤੇ ਹੁਣ ਅੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸੈਂਸਰ ਬੋਰਡ ਦੀ ਹੋਏ ਗਵਰਨਮੈਂਟ ਦੀ ਹੋਏ, ਉਹ ਜੋ ਕਰਨਗੇ ਸਹੀ ਕਰਨਗੇ। ਠੀਕ ਹੈ, ਧੰਨਵਾਦ।